ਸਸ ਸੇ ਗਲ ਸਾਰਿਆਂ ਨੂੰ ਅੱਜ ਮੈਂ ਆਇਆ ਗੁਰਦੁਆਰਾ ਸਿੰਘ ਸ਼ਹੀਦ ਦਾ ਸਹਾਰਾ ਵਿਖੇ ਇੱਥੇ ਆ ਕੇ ਮੈਂ ਕੀ ਵੇਖਿਆ ਹੈ ਤੇ ਤਾਂ ਪਾਰਕਿੰਗ ਦੀ ਕਾਰ ਸੇ ਬਚਦੀ ਪਈ ਹੈ ਪਹਿਲਾਂ ਪਹਿਲਾਂ ਤਾਂ ਇੱਥੇ ਸਭ ਨੂੰ ਬੜੀ ਦਿੱਕਤ ਆਉਂਦੀ ਸੀ ਪਾਰਕਿੰਗ ਲਗਾਉਣ ਚ ਹੁਣ ਕਿਸੇ ਨੂੰ ਵੀ ਨਹੀਂ ਦਿੱਕਤ ਆਉਗੀ ਬਾਬਾ ਜੀ ਦੇ ਕਿਰਪਾ ਦੇ ਨਾਲ ਤਾਂ ਹੁਣ ਮੈਂ ਅੱਗੇ ਆ ਕੇ ਵੇਖਿਆ ਕਿ ਇੱਥੇ ਤਾਂ ਅੰਨੀ ਵੱਡੀ ਵੱਡੀ ਕ੍ਰੇਨਸ ਨੇ ਹੈ ਨਾ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਹੁਣ ਸਭ ਨੂੰ ਸਾਰੇ ਹੁਣ ਇੱਥੇ ਹੀ ਲਗਾਣ ਕੇ ਪਾਰਕਿੰਗ ਹੁਣ ਮੈਂ ਆ ਕੇ ਆਈ ਤਾਂ ਇੱਥੇ ਵੀ ਇੰਨਾ ਸੋਹਣਾ ਜੋੜਾ ਕਰ ਬਣਾ ਰੱਖਿਆ ਤੇ ਮੈਂ ਤੇ ਅਰਸ਼ੀ ਨੇ ਜੋੜੇ ਇਕੱਠੇ ਕਰਕੇ ਰਖਵਾਏ ਸੀ ਦਿਖਾਉਣਾ ਸੀ ਆ ਕੇ ਰਹੇ ਨੇ ਚਲੋ ਹੁਣ ਮੈਂ ਤੁਹਾਨੂੰ ਦਿਖਾਨੀਆਂ ਇੱਥੇ ਬਾਹਰ ਕੀ ਬਣਿਆ ਹੈ ਇੱਥੇ ਬਾਹਰ ਹੱਥ ਧੋਣ ਵਾਸਤੇ ਵਾਸ਼ਿੰਗ ਰੇਸ਼ੀਨ ਹੈਗਾ ਹੈ ਬਾਹਰ ਹੀ ਹੁਣ ਬਣਾ ਦਿੱਤਾ ਹੈ ਪਹਿਲਾਂ ਅੰਦਰ ਸੀ ਹੁਣ ਵੀ ਅੰਦਰ ਹੈ ਪਰ ਹੁਣ ਬਾਹਰ ਵੀ ਹੈ ਹੁਣ ਸਾਰੇ ਬਾਹਰ ਹੀ ਹੱਥ ਧੋਣ ਕੇ ਜਾਵਾਂਗੇ ਹੁਣ ਮੈਂ ਆ ਕੇ ਆਈ ਤਾਂ ਇੱਥੇ ਮੈਂ ਸਰੋਵਰ ਤੁਹਾਨੂੰ ਲੈ ਕੇ ਆਈਆਂ ਐ ਵੇਖੋ ਇੱਥੇ ਕਿੰਨੀ ਸਾਰੀ ਮੱਛਲੀਆਂ ਨੇ ਮੈਨੂੰ ਤਾਂ ਬੜਾ ਚੰਗਾ ਲੱਗਿਆ ਇਹਨਾਂ ਦੇ ਨਾਲ ਖੇਡ ਕੇ ਬੜੀ ਮਸਤੀ ਕੀਤੀ ਮੈਂ ਤਾਂ ਹੁਣ ਅਰਸ਼ੀ ਨੇ ਵੀ ਅੰਮ੍ਰਿਤ ਛਕਿਆ ਤੇ ਆਪਣਾ ਫੇਸ ਵਾਸ਼ ਕੀਤਾ ਹੁਣ ਮੈਂ ਵੀ ਆਪਣਾ ਹੱਥ ਧੋਵਾਂਗੀ ਤੇ ਫੇਸ ਵਾਸ਼ ਕਰ ਰਹੀ ਹਾਂ ਕਿ ਹੁਣ ਮੈਂ ਅੱਗੇ ਚਲਦੀ ਹਾਂ ਹੋਏ ਨਾ ਜਦ ਮੈਂ ਅੱਗੇ ਆਈ ਤਾਂ ਫੇਰ ਨਾ ਅਰਸ਼ੀ ਸਾਡੇ ਹੱਥਾਂ ਛੁੱਟੇ ਹੋ ਗਏ ਸੀ ਤੇ ਹੁਣ ਅਸੀਂ ਹੱਥ ਧੋਏ ਨੇ ਤੇ ਉਹ ਅਸੀਂ ਉੱਤੇ ਜਾਵਾਂਗੇ ਉੱਤਵ ਕੋ ਅਸੀਂ ਕਿੰਨੀ ਮਸਤੀ ਨਾਲ ਜਾਂਦੇ ਵਿਆਂ ਤੇ ਹੁਣ ਅਸੀਂ ਉੱਪਰ ਆ ਗਏ ਨੇ ਹੁਣ ਮੈਂ ਅੰਦਰ ਜਾਵਾਂਗੇ ਅਸੀਂ ਇਹ ਵੇਖੋ ਅਸੀਂ ਕਿਵੇਂ ਕਰਦੀ ਪਈ ਐ ਹੁਣ ਇੱਥੇ ਮੈਂ ਆ ਕੇ ਵੇਖਿਆ ਇੱਥੇ ਤਾਂ ਨਵੀਂ-ਨਵੀਂ ਸ਼ੇਰ ਦੀਆਂ ਮੂਰਤੀਆਂ ਲੱਗੀਆਂ ਇੱਥੇ ਮੈਂ ਆ ਕੇ ਬੜੀ ਫੋਟੋਸ ਖਿੱਚਵਾਈ ਦਰਸ਼ੀ ਨੇ ਵੀ ਖਿੱਚਵਾਈ ਤੇ ਵੀਡੀਓਜ਼ ਵੀ ਬਣਵਾਈ ਹੁਣ ਮੈਂ ਅੰਦਰ ਆਈ ਤਾਂ ਇੱਥੇ ਹੁਕਮਨਾਮਾ ਲਿਖਿਆ ਹੋਇਆ ਹੈ ਹੁਣ ਅਸੀਂ ਹੁਕਮਨਾਮਾ ਪੜਿਆ ਹੁਣ ਮੈਂ ਅੱਗੇ ਗਈ ਹੁਣ ਮੱਥਾ ਟੇਕਿਆ ਮੈਂ ਤੇ ਹੁਣ ਮੈਂ ਪ੍ਰੀਕ੍ਰਮਾ ਕਰਨ ਜਾ ਰਹੀ ਆ ਇਹ ਵੇਖੋ ਪ੍ਰੀਕ੍ਰਮਾ ਕਰ ਰਹੀ ਆ ਮੈਂ ਇੱਥੇ ਬਾਬਾ ਜੀ ਹਨੂਮਾਨ ਜੀ ਦੇ ਦਰਸ਼ਨ ਲੋ ਤੁਸੀਂ ਵੀ ਆ ਕੇ ਇੱਥੇ ਤੁਹਾਨੂੰ ਵੀ ਬੜਾ ਚੰਗਾ ਲੱਗੂਗਾ ਆ ਕੇ ਹੁਣੇ ਵੇਖੋ ਹੁਣ ਅਸੀਂ ਜੋਤ ਲਿੱਤੀ ਹੁਣ ਅਸੀਂ ਥੱਲੇ ਆ ਗਏ ਹੁਣ ਮੈਂ ਥੱਲੇ ਆ ਕੇ ਇੱਥੇ ਵੀ ਨਾ ਬੜਾ ਸੁਣਾ ਸੁਣਾ ਬਣ ਗਿਆ ਹੁਣ ਇੱਥੇ ਵੀ ਅਸੀਂ ਮੱਥਾ ਟੇਕਿਆ ਬਾਬਾ ਜੀ ਦੇ ਅੱਗੇ ਤੇ ਹੁਣ ਮੈਂ ਤੁਹਾਨੂੰ ਲੈ ਕੇ ਆਈਆਂ ਸੀ ਹੈਮਕੁੰਡ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਵੇਖੋ ਇਹਨੇ ਸੋਨੇ ਸੋਨੇ ਮੂਰਤੀਆਂ ਬਣੀ ਹੋਏ ਆਇਆ ਨੇ ਤੇ ਹੁਣ ਮੈਂ ਜਾ ਰਹੀਆਂ ਪ੍ਰਸ਼ਾਦਲੈਨ ਤੁਹਾਨੂੰ ਇੱਕ ਵਾਰੀ ਇਸ਼ਾਰਾ ਵਿਖਾ ਦਿੰਦੀ ਆ ਹੁਣ ਮੈਂ ਆ ਗਈ ਪ੍ਰਸ਼ਾਦਲੈਨ ਪ੍ਰਸ਼ਾਦ ਲੈ ਕੇ ਜਦ ਮੈਂ ਆ ਗਈ ਤਰ ਮ ਖਾਇਆ ਤੁਸੀਂ ਵੀ ਆਓ ਸਿਸਕ